ਹੇਠਾਂ ਬੱਸ ਦੀਆਂ ਸੀਟਾਂ ਦੇ ਕੁਝ ਨੰਬਰ ਮਿਟੇ ਹੋਏ ਹਨ। ਬੱਸ ਦੀਆਂ ਸੀਟਾਂ ਦੇ ਕ੍ਰਮ ਨੂੰ ਪੂਰਾ ਕਰਨ ਲਈ ਸਹੀ ਉੱਤਰ ਚੁਣੋ। ਬੱਸ ਦੀ ਸੀਟ ਦਾ ਨੰਬਰ 67 ਤੋਂ ਸ਼ੁਰੂ ਹੁੰਦਾ ਹੈ। 67 ਤੋਂ ਅਗਲਾ ਨੰਬਰ 68, 68 ਤੋਂ ਅਗਲਾ ਨੰਬਰ 69 ਅਤੇ 69 ਤੋਂ ਅਗਲਾ ਨੰਬਰ 70 ਹੋਵੇਗਾ। ਇਸ ਲਈ ਆਪਸ਼ਨ ਨੰਬਰ 3 ਇਸ ਸਵਾਲ ਦਾ ਸਹੀ ਜਵਾਬ ਹੈ। ਕਿਹੜੇ ਨਮਕੀਨ ਦੇ ਪੈਕਟ ਦਾ ਮੁੱਲ ਸਭ ਤੋਂ ਘੱਟ ਹੈ? ਤਸਵੀਰ ਵਿੱਚ ਪਹਿਲੇ ਪੈਕਟ ਦਾ ਮੁੱਲ 95 ਰੁਪਏ, ਦੂਸਰੇ ਪੈਕਟ ਦਾ ਮੁੱਲ 80 ਰੁਪਏ, ਤੀਸਰੇ ਪੈਕਟ ਦਾ ਮੁੱਲ 35 ਰੁਪਏ ਅਤੇ ਚੌਥੇ ਪੈਕਟ ਦਾ ਮੁੱਲ 48 ਰੁਪਏ ਦਿਖਾਇਆ ਗਿਆ ਹੈ। ਇਹਨਾਂ ਵਿੱਚੋਂ ਸਭ ਤੋਂ ਘੱਟ ਮੁੱਲ 35 ਰੁਪਏ ਹੈ। ਇਸ ਲਈ ਆਪਸ਼ਨ ਨੰਬਰ 3 ਇਸ ਸਵਾਲ ਦਾ ਸਹੀ ਜਵਾਬ ਹੈ। ਉਪਰੋਕਤ ਨਮਕੀਨ ਦੇ ਪੈਕਟ ਦੇ ਦਿਖਾਏ ਮੁੱਲ ਦਾ ਵੱਧਦਾ ਕ੍ਰਮ ਚੁਣੋ। ਨਮਕੀਨ ਦੇ ਪੈਕਟ ਦੇ ਦਿਖਾਏ ਮੁੱਲ ਦਾ ਵੱਧਦਾ ਕ੍ਰਮ ਹੈ 35, 48, 80, 95। ਇਸ ਲਈ ਆਪਸ਼ਨ ਨੰਬਰ 1 ਇਸ ਸਵਾਲ ਦਾ ਸਹੀ ਜਵਾਬ ਹੈ। ਅਵਨੀਤ ਨੇ ਦੁਕਾਨ ਤੋਂ ਹੇਠ ਦਿਖਾਏ ਨਮਕੀਨ ਦੇ ਪੈਕਟ ਖਰੀਦਣੇ ਹਨ। ਉਸ ਕੋਲ 100 ਰੁਪਏ ਦੇ 2 ਨੋਟ, 10 ਰੁਪਏ ਦੇ 5 ਨੋਟ ਅਤੇ 1 ਰੁਪਏ ਦੇ 8 ਨੋਟ ਹਨ। ਦੁਕਾਨਦਾਰ ਉਸ ਨੂੰ ਕਿੰਨੇ ਰੁਪਏ ਵਾਪਸ ਕਰੇਗਾ? ਤਸਵੀਰ ਵਿੱਚ ਦਿਖਾਏ ਪੈਕਟਾਂ ਦਾ ਮੁੱਲ 95 ਰੁਪਏ, 80 ਰੁਪਏ, 35 ਰੁਪਏ ਅਤੇ 48 ਰੁਪਏ ਹੈ, ਜਿਨ੍ਹਾਂ ਦੀ ਕੁੱਲ ਕੀਮਤ 258 ਰੁਪਏ ਬਣਦੀ ਹੈ। ਅਵਨੀਤ ਕੋਲ 100 ਰੁਪਏ ਦੇ 2 ਨੋਟ, 10 ਰੁਪਏ ਦੇ 5 ਨੋਟ ਅਤੇ 1 ਰੁਪਏ ਦੇ 8 ਨੋਟ ਹਨ। ਇਸ ਤਰ੍ਹਾਂ ਉਸ ਕੋਲ ਕੁੱਲ 258 ਰੁਪਏ ਹਨ ਅਤੇ ਅਵਨੀਤ ਨੇ ਜਦੋਂ ਦੁਕਾਨਦਾਰ ਤੋਂ ਨਮਕੀਨ ਦੇ ਪੈਕਟ ਖਰੀਦੇ ਤਾਂ ਦੁਕਾਨਦਾਰ ਉਸ ਨੂੰ ਕੋਈ ਵੀ ਰੁਪਈਆ ਵਾਪਸ ਨਹੀਂ ਕਰੇਗਾ। ਆਪਸ਼ਨ ਨੰਬਰ 4 ਇਸ ਸਵਾਲ ਦਾ ਸਹੀ ਜਵਾਬ ਹੈ।